press the bell icon and never miss a video from newsnumber.com. ਸੁਖਪਾਲ ਸਿੰਘ ਖਹਿਰਾ ਨੇ ਕੱਲ੍ਹ ਆਮ ਆਦਮੀ ਪਾਰਟੀ ਦੀ ਪ੍ਰਾਇਮਰੀ ਮੈਂਬਰਸ਼ਿਪ ਤੋਂ ਅਸਤੀਫਾ ਦੇ ਦਿੱਤਾ ਅਤੇ ਪਰ ਹਜੇ ਵੀ ਵਿਰੋਧੀ ਧਿਰ ਉਹਨਾਂ ਦੇ ਸਵਾਲ ਉਠਾ ਰਹੇ ਨੇ ਉਹਨਾਂ ਦੇ ਵਿਧਾਇਕ ਪਦ ਤੋਂ ਅਸਤੀਫੇ ਦੇਣ ਦੇ ਸੰਬੰਧ ਵਿੱਚ। ਅੱਜ ਉਹਨਾਂ ਨੇ ਇੱਕ ਨਵਾਂ ਐਲਾਨ ਕੀਤਾ ਕਿ ਕੱਲ੍ਹ ਨੂੰ ਉਹ ਇੱਕ ਨਵੀਂ ਪਾਰਟੀ ਐਲਾਨ ਕਰਕੇ ਉਹਦਾ ਨਾਮ ਵੀ ਦੱਸਣਗੇ। ਖਹਿਰਾ ਸਾਹਿਬ ਬਹੁਤ ਟਾਈਮ ਤੋਂ ਇਹ ਗੱਲ ਦੀ ਚਰਚਾ ਚੱਲ ਰਹੀ ਸੀ ਵੀ ਖਹਿਰਾ ਸਾਹਿਬ ਨੇ ਮਤਲਬ ਪਾਰਟੀ ਨੂੰ ਤਾਂ ਛੱਡ ਦਿੱਤਾ, ਪਰ ਉਸ ਤੋਂ ਬਾਅਦ ਜਿਹੜਾ ਹੁਣ ਨਵਾਂ ਪਾਰਟੀ ਦਾ ਜਿਹੜਾ ਨਾਮ ਹੈ ਉਹ ਤੁਸੀਂ ਕੱਲ੍ਹ ਨੂੰ ਅਨਾਊਂਸ ਕਰ ਰਹੇ ਹੋ? ਹਾਂਜੀ ਬਿਲਕੁਲ, ਅਸੀਂ ਕੱਲ੍ਹ ਜਿਹੜਾ ਹੈ ਆਪਣੀ ਪਾਰਟੀ ਦਾ ਏਜੰਡਾ ਵੀ ਔਰ ਉਸਦਾ ਨਾਮ ਸਾਰਾ ਕੁਝ ਕੱਲ੍ਹ ਐਲਾਨ ਕਰਾਂਗੇ। ਜਿਹੜੇ ਤੁਸੀਂ ਪ੍ਰਾਇਮਰੀ ਮੈਂਬਰਸ਼ਿਪ ਤੋਂ ਤਾਂ ਅਸਤੀਫਾ ਦੇ ਦਿੱਤਾ, ਪਰ ਲਗਾਤਾਰ ਵਿਰੋਧੀ ਧਿਰ ਪਤਾ ਨਹੀਂ ਕਿੰਨਾ ਟਾਈਮ ਹੋ ਗਿਆ, ਕਹਿੰਦੇ ਨੇ ਖਹਿਰਾ ਸਾਹਿਬ ਆਪਣੀ ਕੰਸਟੀਟੂਐਂਸੀ ਤੋਂ ਡਰਦੇ ਨੇ, ਉਹ ਸਰਪੰਚੀ 'ਚ ਵੀ ਲੋਕਾਂ ਨੇ ਕਹਿੰਦੇ ਸ਼ੀਸ਼ਾ ਦਿਖਾਤਾ, ਉਹ ਜਾਣ ਕੇ ਵਿਧਾਇਕੀ ਪਦ ਤੋਂ ਅਸਤੀਫਾ ਨਹੀਂ ਦਿੰਦੇ, ਉਹਦੇ ਬਾਰੇ ਤੁਸੀਂ ਕਹੋਗੇ? ਦੇਖੋ ਗੱਲ ਇਹ ਆ ਕਿ ਮੈਂ ਜਦ ਪ੍ਰਾਇਮਰੀ ਮੈਂਬਰਸ਼ਿਪ ਦੀ ਪਾਰਟੀ ਤੋਂ ਅਸਤੀਫਾ ਦੇ ਦਿੱਤਾ ਵਾ, ਇਹ ਹੁਣ ਉਹ ਅਸਤੀਫਾ ਲੈ ਕੇ ਸਪੀਕਰ ਸਾਹਿਬ ਕੋਲ ਚਲ ਜਾਣ, ਮੈਨੂੰ ਡਿਸਕੁਆਲੀਫਾਈ ਕਰਾ ਦੇਣ। ਮੈਂ ਚਾਹੁੰਦਾ ਵਾਂ ਕਿ ਪੰਜਾਬ ਦੇ ਲੋਕਾਂ ਨੂੰ ਨਜ਼ਰ ਆਉਣਾ ਚਾਹੀਦਾ ਹਰ ਇੱਕ ਦਾ ਨੈਗੇਟਿਵ ਰੋਲ ਅਤੇ ਪੋਜ਼ਿਟਿਵ ਰੋਲ। ਸੋ ਇਸ ਲਈ ਮੈਂ ਆਪਣਾ ਜੋ ਕੰਮ ਕਰਨਾ ਸੀ ਕਰ ਦਿੱਤਾ ਵਾ, ਕੱਲ੍ਹ ਅਸੀਂ ਇੱਕ ਸਾਫ਼ ਸੁਥਰੀ ਨਵੀਂ ਰੀਜਨਲ ਫੋਰਸ ਤਿਆਰ ਕਰਾਂਗੇ। ਪੰਜਾਬ ਦੇ ਜਿਹੜੇ ਇਸ਼ੂਜ਼ ਨੇ ਅਰਸੇ ਤੋਂ ਜਿਹੜੇ ਲਟਕਦੇ ਆ ਰਹੇ ਨੇ, ਪੰਜਾਬ ਦੇ ਪਾਣੀਆਂ ਦੀ ਗੱਲ ਕਰਾਂਗੇ, ਪੰਜਾਬ ਦੇ ਵਿੱਚ ਕਿਸਾਨ ਆਤਮ ਹੱਤਿਆ ਦੀ ਗੱਲ ਕਰਾਂਗੇ, ਪੰਜਾਬ 'ਚ ਨਸ਼ੇ ਕੇ ਵਧਾਏ ਨੇ ਇਹਨਾਂ ਲੋਕਾਂ ਨੇ, ਪੰਜਾਬ 'ਚ ਭ੍ਰਿਸ਼ਟਾਚਾਰ ਵਧਾਇਆ, ਇਹ ਸਾਰੇ ਇਸ਼ੂਜ਼ ਨੂੰ ਲੈ ਕੇ ਅਸੀਂ ਇੱਕ ਤੀਸਰਾ ਬਦਲ ਪੈਦਾ ਕਰਨ ਦੀ ਕੋਸ਼ਿਸ਼ ਕਰਾਂਗੇ। ਪਾਰਟੀ ਨੂੰ ਲੀਡ ਤੁਸੀਂ ਕਰੋਗੇ? ਕੱਲ੍ਹ ਸਭ ਕੁਝ ਕੱਲ੍ਹ ਦੱਸਾਂਗੇ ਜੀ, ਜੇ ਸਾਰਾ ਕੁਝ ਪਹਿਲਾਂ ਹੀ ਆਪਾਂ ਡਿਸਕਲੋਜ਼ ਕਰ ਦਈਏ ਤਾਂ ਫਿਰ ਉਹਦਾ ਜਿਹੜਾ ਚਾਮ ਹੈ ਕੱਲ੍ਹ ਦਾ ਜਿਹੜਾ ਫੰਕਸ਼ਨ ਹੋਵੇਗਾ ਉਹਦੇ 'ਚ ਉਹਦੀ ਗਰਿਮਾ ਘੱਟਦੀ। ਜੀ ਜੀ, ਜੋ ਅਟਕਲਾਂ ਲਾਈਆਂ ਜਾ ਰਹੀਆਂ ਨੇ ਕਿ ਸੁਖਪਾਲ ਸਿੰਘ ਖਹਿਰਾ ਬਠਿੰਡਾ ਤੋਂ ਚੋਣ ਲੜਨਗੇ, ਤੁਸੀਂ ਕਿੱਥੋਂ ਲੋਕ ਸਭਾ ਦੀ ਚੋਣ? ਹਲੇ ਸਾਰਾ ਕੁਝ ਅਸੀਂ ਨਾ ਜੀ ਪਾਈਪਲਾਈਨ 'ਚ ਆ, ਬਹੁਤ ਸਾਰੇ ਲੋਕ ਕਈ ਤਰ੍ਹਾਂ ਦੀਆਂ ਸਲਾਹਾਂ ਦਿੰਦੇ ਨੇ, ਕਈ ਤਰ੍ਹਾਂ ਦੇ ਲੋਕ ਤੁਹਾਨੂੰ ਮਸ਼ਵਰੇ ਦਿੰਦੇ ਨੇ, ਪਰ ਉਹ ਸਾਰਾ ਕੁਝ ਪਾਰਟੀ ਦੇ ਪਲੇਟਫਾਰਮ 'ਤੇ ਰੱਖਾਂਗੇ, ਸਲਾਹ ਮਸ਼ਵਰਾ ਕਰਾਂਗੇ, ਜਿੱਦਾਂ ਦੀ ਰਾਏ ਯੂਨੈਨਿਮਸ ਬਣੇਗੀ, ਕੋਈ ਯੂਨੈਨਿਮਿਟੀ ਕੰਸੈਂਸਸ ਬਣੇਗਾ, ਉਦਾਂ ਦਾ ਕਦਮ ਚੁੱਕਾਂਗੇ। ਪਰ ਇੱਕ ਗੱਲ ਜ਼ਰੂਰ ਦੁਬਾਰਾ ਆ ਰਹੀ ਕਿ ਜਿਹੜੇ ਤਾਕਤਵਰ ਘਰਾਣੇ ਨੇ ਪੰਜਾਬ ਦੇ ਵਿੱਚ, ਉਹਨਾਂ ਨੂੰ ਚੁਣੌਤੀ ਦੇਣ ਦੀ ਲੋੜ ਜ਼ਰੂਰ ਆ। ਹੁਣ ਤਾਕਤਵਰ ਕੌਣ ਨੇ? ਸਭ ਤੋਂ ਵੱਡੇ ਪੰਜਾਬ ਦੇ ਦੁਸ਼ਮਣ ਤਾਕਤਵਰ ਘਰਾਣੇ ਨੇ ਕੈਪਟਨ ਅਮਰਿੰਦਰ ਸਿੰਘ ਦਾ ਅਤੇ ਪ੍ਰਕਾਸ਼ ਸਿੰਘ ਬਾਦਲ ਦਾ। ਸੋ ਇਸ ਕਰਕੇ ਲੋਕਾਂ ਦੀ ਚਾਹਤ ਹੈ ਕਿ ਆਓ ਬਠਿੰਡੇ ਅਤੇ ਬਾਦਲ ਦੇ ਪਰਿਵਾਰ ਨੂੰ ਚੁਣੌਤੀ ਦਿੱਤੀ ਜਾ ਸਕੇ। ਬਹੁਤ ਸਾਰੇ ਲੋਕ ਕਹਿੰਦੇ ਨੇ ਵੀ ਸੁਖਪਾਲ ਸਿੰਘ ਖਹਿਰਾ ਨਾਮ ਦੀ ਸਿਆਸੀ ਪਾਰੀ ਹੁਣ ਖਤਮ ਹੋ ਚੁੱਕੀ ਹੈ, ਅਤੇ ਤੁਸੀਂ ਜਿਹੜਾ ਪਿੱਛੇ ਪੈਦਲ ਮਾਰਚ ਕੀਤਾ ਸੀ ਉਹਨੂੰ ਤੁਸੀਂ ਕਿੰਨਾ ਕੁ ਸਫਲ ਮੰਨਦੇ ਹੋ? ਬਿਲਕੁਲ ਠੀਕ ਸੀਗਾ ਜੀ, ਤਲਵੰਡੀ ਸਾਬੋ ਵੀ ਇਕੱਠ ਹੋਇਆ, ਪਟਿਆਲੇ ਵਿੱਚ ਵੀ ਬਹੁਤ ਇਕੱਠ ਹੋਇਆ। ਹੁਣ ਦੇਖੋ ਨਾ 30-30 ਕਿਲੋਮੀਟਰ ਇੱਕ ਇੱਕ ਦਿਨ 'ਚ ਤੁਰਨਾ, ਜੇ ਤੁਸੀਂ ਕਹੋ ਕਿ 20,000 ਆਦਮੀ ਇੱਕ ਦਿਨ 'ਚ ਉਹਨਾਂ ਦੇ ਨਾਲ ਤੁਰੂਗਾ, ਇਟ ਇਜ਼ ਨੋਟ ਪੋਸੀਬਲ। ਦੇਅਰਫੋਰ ਅਸੀਂ ਉਸ ਨਾਲ ਸੈਟਿਸਫਾਈਡ ਹਾਂ, ਔਰ ਲੋਕਾਂ ਨੇ ਸਾਡੇ ਵਿਰੋਧੀਆਂ ਨੇ ਤਾਂ ਕਈ ਕੁਛ ਕਹਿਣਾ ਹੁੰਦਾ ਜੀ, ਉਹਨਾਂ ਦੀ ਜੋ ਇੱਛਾ ਹੈ ਉਹ ਕਹਿ ਸਕਦੇ ਨੇ, ਉਹਨਾਂ ਨੂੰ ਪੂਰੀ ਆਜ਼ਾਦੀ ਹੈ। ਪੰਜਾਬ ਦੇ ਵਿੱਚ ਤੁਸੀਂ ਮੁੱਦਿਆਂ 'ਤੇ ਰਾਜਨੀਤੀ ਕੀਤੀ ਹੈ, ਲੋਕ ਇਸ ਗੱਲ ਦੇ ਗਵਾਹ ਨੇ, ਤੁਸੀਂ ਪੰਜਾਬ ਦੇ ਵਿੱਚ ਹੋਰ ਵੀ ਬਹੁਤ ਸਾਰੇ ਲੋਕ ਇੱਦਾਂ ਦੇ ਹੈਗੇ ਨੇ ਜਾਂ ਉਹ ਰਾਜਨੀਤੀ ਨੂੰ ਸੰਬੰਧ ਰੱਖਦੇ ਹੋਣ ਜਾਂ ਵੈਸੇ ਉਹ ਨਾਮਵਰ ਸ਼ਖਸੀਅਤਾਂ ਹੋਣ, ਉਹਨਾਂ ਦੇ ਨਾਲ ਤੁਹਾਡੇ ਲਿੰਕ ਚੱਲ ਰਹੇ ਨੇ, ਕਿੰਨਾ ਕਿੰਨਾ ਦੇ ਨਾਲ ਤੁਸੀਂ ਪਾਰਟੀ ਨੂੰ ਨਾਲ ਲੈ ਕੇ ਚੱਲੋਗੇ? ਨਹੀਂ ਦੇਖੋ, ਹਾਲੇ ਤਾਂ ਅਸੀਂ ਪੰਜਾਬ ਡੈਮੋਕ੍ਰੇਟਿਕ ਅਲਾਈਅੰਸ ਬਣਾਇਆ, ਜਮਹੂਰੀ ਗੱਠਜੋੜ, ਉਹਦੇ ਵਿੱਚ ਸਾਡੇ ਵਾਲੀ ਧਿਰ ਹੈਗੀ ਆ, ਬੈਂਸ ਬ੍ਰਦਰਸ ਨੇ, ਡਾਕਟਰ ਗਾਂਧੀ ਆ, ਬਹੁਜਨ ਸਮਾਜ ਪਾਰਟੀ, ਉਹਦੀ ਮੀਟਿੰਗ ਅਸੀਂ ਸ਼ੋਰਟਲੀ ਲੁਧਿਆਣੇ ਵਿੱਚ ਕਰਨ ਜਾ ਰਹੇ ਹਾਂ। ਉਹਨੂੰ ਅੱਗੇ ਕਿੱਦਾਂ ਐਕਸਟੈਂਡ ਕਰਨਾ ਵਾ, ਐਕਸਪੈਂਡ ਕਰਨਾ ਵਾ, CPI CPM ਨੂੰ ਸ਼ਾਮਿਲ ਕਰਨਾ ਵਾ, ਟਕਸਾਲੀਆਂ ਨੂੰ, ਇਹ ਸਾਰੀਆਂ ਗੱਲਾਂ ਉੱਥੇ ਮਸ਼ਵਰਾ ਕਰਾਂਗੇ, ਚਰਚਾ ਕਰਾਂਗੇ, ਜੋ ਸਾਰਿਆਂ ਦੀ ਆਮ ਰਾਏ ਬਣੇਗੀ ਉਹਨੂੰ ਲਾਗੂ ਕਰਾਂਗੇ। ਤੁਹਾਡੀ ਪਾਰਟੀ ਫਿਰ ਲੋਕ ਸਭਾ ਦੇ ਵਿੱਚ ਇੱਕ ਨਵਾਂ ਰੂਪ ਲੈ ਕੇ ਆ ਰਹੀ? ਦੇਖੋ, ਕੋਸ਼ਿਸ਼ ਸਭ ਕੁਝ ਇਹੀ ਕਰ ਰਹੇ ਨਾ, ਪੰਜਾਬ ਦੇ ਵਿੱਚ ਇਸ ਵਕਤ ਲੋਕਾਂ ਦਾ ਦਮ ਘੁੱਟ ਰਿਹਾ ਵਾ, ਲੋਕਾਂ ਦੇ ਕੋਲ ਬਦਲ ਕੋਈ ਨਹੀਂ ਗਾ, ਲੋਕ ਦੁਬਾਰਾ ਉਸ ਉਹਨਾਂ ਦਾ ਸੁਪਨਾ ਟੁੱਟ ਰਿਹਾ ਵਾ। ਵੀ ਵਾਂਟ ਕਿ ਵੀ ਸ਼ੁੱਡ ਬੀ ਏਬਲ ਟੂ ਪ੍ਰੋਵਾਈਡ ਏ ਕਲੀਨ ਥਰਡ ਅਲਟਰਨੇਟਿਵ ਇਨ ਪੰਜਾਬ ਪੋਲੀਟਿਕਸ, ਇਸ ਨਜ਼ਰੀਏ ਨਾਲ ਕੰਮ ਕਰ ਰਹੇ।